ਕਿਉਂ ਜੀ ਕੁਰਾਨ ਤੇ ਨਹੀਂ ਨਾ ਝੁਕਣ ਦਿੰਦਾ। ਇਕਬਾਲ ਕਹਿੰਦਾ ਉਹ ਇੱਕ ਸਜਦਾ ਕਿਸੇ ਤੂੰ ਕੁਰਾਨ ਸਮਝਦਾ ਹੈ, ਹਜ਼ਾਰ ਸਜਦੋਂ ਸੇ ਆਦਮੀ ਕੋ ਦੇਤਾ ਹੈ ਨਿਜਾਤ। ਔਰ ਬੱਚੇ ਉੱਠੋ, ਕੁਰਾਨ ਪੜ੍ਹੋ, ਹਦੀਸਾਂ ਪੜ੍ਹੋ, ਉੱਠ ਕੇ ਅੱਲਾ ਦੇ ਸਾਹਮਣੇ ਝੁਕਿਆ ਕਰੋ। ਜਿਹੜਾ ਉਹਦੇ ਸਾਹਮਣੇ ਝੁਕਦਾ ਨਾ, ਉਹਦਾ ਫਿਰ ਸਰ ਕਿਸੇ ਦੇ ਸਾਹਮਣੇ ਨਹੀਂ ਝੁਕਣਾ। ਮਸਜਿਦ ਆਬਾਦ ਕਰੋ, ਆਪਣੇ ਘਰਾਂ 'ਚ ਕੁਰਾਨ ਦੀ ਤਿਲਾਵਤ ਦਰਵਾਜ ਕਰੋ। ਮੈਂ ਸਾਡੇ ਬਾਦਸ਼ਾਹ ਹਸਪਤਾਲਾਂ ਵੀਰਾਨ ਹੋ ਜਾਣੀਆਂ। ਇੱਕ ਮਿਸਵਾਕ ਤੁਸੀਂ ਸ਼ੁਰੂ ਕਰਦੇ ਹੋ ਨਾ ਸਾਰੇ ਲੋਕ ਸਾਰੇ, ਤੇ ਤੁਹਾਡੀ 50% ਪੇਟ ਦੀਆਂ ਬਿਮਾਰੀਆਂ, ਦਿਮਾਗ ਦੀਆਂ ਬਿਮਾਰੀਆਂ, ਯਰਕਾਮ ਦੀਆਂ ਬਿਮਾਰੀਆਂ ਇਹ ਖਤਮ ਨਾ ਹੋਈਆਂ ਤਾਂ ਮੈਨੂੰ ਨਾ ਲੈਣਾ। ਸਿਰਫ ਇੱਕ ਮਿਸਵਾਕ ਦੀ ਗੱਲ, ਜਿਹੜੇ ਡੈਂਟਲ ਹਸਪਤਾਲ ਹਨ ਨਾ, ਜਿਹੜੇ ਦੰਦਾਂ ਦਾ ਇਲਾਜ ਹੁੰਦਾ, ਉਹ ਵੀਰਾਨ ਹੋ ਜਾਣੇ। ਡਾਕਟਰ ਕਹਿਣਾ ਹੋਇਆ ਕਿ ਉਹਨਾਂ ਕਿਹਾ ਪਾਕਿਸਤਾਨੀਆਂ ਇੱਕ ਸੁਨਤ ਤੇ ਅਮਲ ਸ਼ੁਰੂ ਕੀਤਾ। ਜਿਸ ਨੂੰ ਕੋਈ ਮੇਦੇ ਦੀ ਬਿਮਾਰੀ 8 ਦਿਨ ਮਿਸਵਾਕ ਕਰਕੇ ਵੇਖੇ, 5 ਟਾਈਮ ਨਮਾਜ਼ ਨਾਲ ਉਹਦੀ ਅੱਧੀ ਮੇਦੇ ਦੀ ਬਿਮਾਰੀ 8 ਦਿਨ ਬਾਅਦ ਮਰ ਗਈ। ਜਿਹੜਾ ਕਹਿੰਦਾ ਮੈਂ ਬੜੇ ਇਲਾਜ ਕਰਾਏ, ਫਕੀਰ 80 ਸਾਲਾਂ ਤਜਰਬਾ ਖਾਨ ਸਨਿਆਸੀ ਬਾਬਾ, ਸਮਝ ਆਈ ਨਾ ਗੱਲ ਮੇਰੀ? ਤੁਸੀਂ ਸਾਡੇ ਕੋਈ ਚਲਿਓ ਫਲਸਫੀਆਂ ਸੇ ਜੋ ਹੱਲ ਨਾ ਹੁਆ, ਨੁਕਤਾ ਵਰੋਂ ਸੇ ਜੋ ਹੱਲ ਨਾ ਸਕਾ, ਵੋ ਖੋਲ ਦਿਆ ਕਮਲੀ ਵਾਲੇ ਨੇ ਚੰਦ ਇਸ਼ਾਰੋ। ਸੁਭਾਨ ਅੱਲਾਹ, ਸੁਭਾਨ ਅੱਲਾਹ। ਜਿਤਨੀਆਂ ਬਿਮਾਰੀਆਂ ਨੇ ਨਾ, ਅੱਜ ਇਸਲਾਮ ਕੁਰਾਨ ਪੜ੍ਹੋ। ਇਹ ਬੱਚੇ ਮੇਰੇ ਕੁਰਾਨ ਪੜ੍ਹਨਾ ਸ਼ੁਰੂ ਕਰਨ। ਕੋਈ ਅਰਬ ਦੇ ਉਲਮਾ ਕਹਿੰਦੇ ਮੁਲ ਖਾਦਮ ਜਿਹੜਾ ਇਹ ਮੈਕਅਪ ਕਰਨਾ, ਕਹਿੰਦੇ ਇਤਨਾ ਹੋ ਨਹੀਂ ਸਕਦਾ। ਮੈਂ ਉਹਨਾਂ ਨੂੰ ਕਿਹਾ ਮੈਂ ਤਾਰੇ ਮੀਰੇ ਦਾ ਤੇਲ ਰੱਖਿਆ, ਮੈਂ ਉਹ ਲਾਵਾਂ। ਜਿਹੜਾ ਆਮ ਬੰਦਾ ਲਾਵੇ ਤੇ 10 ਮਿੰਟ ਉਛਲਦਾ ਹੀ ਰਵੇ, ਇਤਨਾ ਡਾਢਾ ਲੱਗਦਾ। ਮੈਂ ਅੱਖਾਂ 'ਤੇ ਵੀ ਉਹ ਹੀ ਲਾਉਂਦਾ ਤੇ ਮੂੰਹ 'ਤੇ ਵੀ ਉਹ ਹੀ ਲਾਉਂਦਾ ਤੇ ਸਿਰ 'ਤੇ ਵੀ ਉਹ ਹੀ ਲਾਉਂਦਾ। ਜੇ ਤੁਸੀਂ ਚਾਹੁੰਦੇ ਹੋ ਇਹਨਾਂ ਸੁਰਖੀਆਂ ਪਾਊਡਰਾਂ ਤੋਂ ਤੁਹਾਡੀ ਜਾਨ ਛੁੱਟੇ, ਮੈਕਅਪ ਦੀਆਂ ਦੁਕਾਨਾਂ ਵੀਰਾਨ ਹੋ ਜਾਣੀਆਂ, ਤੇ ਸਾਡੇ ਮੁੰਡੇ ਕੁਰਾਨ ਪੜ੍ਹਨਾ ਸ਼ੁਰੂ ਕਰਨ। ਕੁਰਾਨ ਤੋਂ ਪਹਿਲੇ ਆਪਣੇ ਜਿਸਮ ਨੂੰ ਸਾਹਮਣੇ ਰੱਖਣ, ਅੱਧਾ ਸਪਾਰਾ ਹੋਏ ਫਿਰ ਜਿਸਮ ਦੀ ਰੰਗਤ ਵੇਖਣ, ਪੂਰਾ ਪੜ੍ਹਨ ਤਾਂ ਫਿਰ ਜਿਸਮ ਦੀ ਰੰਗਤ। ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ। ਕੀ ਬਾਤ, ਮੁਫਤ ਸੀ ਜਾ ਰਾਤੀ। ਤੁਸੀਂ ਰਸੂਲੁੱਲਾ ਦੀ ਸੁਨਨਤ ਦੇ ਮੁਤਾਬਿਕ ਸੌਣ ਤੋਂ ਪਹਿਲੇ ਉਮਰ ਮੋਮਿਨੀਨ ਹਜ਼ਰਤ ਆਇਸ਼ਾ ਸਿੱਦੀਕਾ ਫਰਮਾਤੀਆਂ, ਨਬੀ ਅਲੈਹਿਸਸਲਾਮ ਦੇ ਰੋਜ਼ ਰਾਤ ਆਰਾਮ ਫਰਮਾਤੇ ਸਨ। ਆਪ ਵੱਲਾ ਸ਼ਰੀਫ ਤਿੰਨ ਵਾਰੀ ਹਜ਼ੂਰ ਪੜ੍ਹ ਕੇ ਨਾ ਆਪਣੇ ਦਸਤੇ ਮੁਬਾਰਕ ਦੇ ਕੰਮ ਕਰਕੇ ਹੁਣ ਸਿੱਧੇ ਸੋਤੇ ਹੋਏ ਸਨ, ਤੇ ਫਿਰ ਆਪਣਾ ਜਾ ਜਿੱਥੇ ਤੱਕ ਹੱਥ ਜਾ ਕਰਦੇ ਨਾ ਸਾਹਮਣੇ ਹਜ਼ੂਰ ਆਪਣੇ ਹਜ਼ਾਰ ਮੁਬਾਰਕ ਕਹਿੰਦੇ ਸਨ ਤਾਲੀਮ ਉਮਰ ਕੇ। ਕਹਿੰਦੇ ਹਜ਼ੂਰ 3 ਵਾਰੀ ਇਹ ਦਮ ਫਰਮਾਉਂਦੇ ਸਨ ਆਪਣੇ ਆਪ ਨੂੰ, ਜੇ ਤੁਸੀਂ ਇਹ ਪੜ੍ਹ ਕੇ ਸਮੋ ਰਾਤੀ ਕੋਈ ਗਟਰ ਨਹੀਂ ਡਿੱਗ ਜਾਏ ਮੈਨੂੰ ਨਾ ਪੜ੍ਹ, ਰਾਤੀ ਕੋਈ ਆਪਣੇ ਆਪ ਨੂੰ ਨੰਗਾ ਕਰਦਾ ਫਿਰਦੇ। ਮੈਨੂੰ ਕਈ ਆਦਮੀ ਮੈਂ ਰਾਤੀ ਆਪਣੇ ਆਪ ਨੂੰ ਨੰਗਾ ਵੇਖਿਆ, ਆਪ ਦੀ ਤਾਬੀਰ ਹੈ ਮਤਲਬ ਇਮਾਨ ਤੋਂ ਸਾਰੇ। ਰਾਤ ਆਪਣੇ ਆਪ ਨੂੰ ਨੰਗਾ ਵੇਖਣ ਦਾ ਮਤਲਬ ਇਮਾਨ ਤੋਂ ਬੰਦਾ ਸਾਰੇ, ਇਮਾਨ ਹੀ ਗਟਰ ਹੀ ਡਿੱਗਣ ਦਾ ਮਤਲਬ ਹੈ ਸਾਰਾ ਦਿਹਾੜੀ ਉਹਦੀ ਗੁਨਾਹ ਵਿੱਚ ਗੁਜ਼ਰੀ। ਮੱਕੇ ਮਦੀਨੇ ਤੇ ਤਾਂ ਹੀ ਤੁਸੀਂ ਰਾਤੀ ਜਾ ਸਕਦੇ ਹੋ ਨਾ, ਕਿ ਰਾਤੀ ਜਨਾਬ ਅਰਹਮਾਨ ਅਲਮਲ ਕੁਰਾਨ ਐਨ ਜਨਾਬ ਫਿਰ ਨਹੀਂ ਲਾ ਦੇ, ਫਿਰ ਪਾਸਾ ਪਰਤ ਆਏਗਾ ਸ਼ਮਸ ਕੁਦਰਤ ਬੈਗਰ ਨਜੂਮ ਫਿਰ ਨਹੀਂ ਲਾ ਦੇ, ਫਿਰ ਅੰਸ ਸਿੱਧਾ ਹੋਇਆ। ਵਦੁਹਾ ਵੱਲੈਲ ਇਜ਼ਾ ਸਜਾ ਮਾ ਵਦਾ ਰੱਬੁਕਾ ਵਮਾ ਖਲਾ, ਫਿਰ ਜਦੋਂ ਅੱਖ ਖੁੱਲੀ ਅਲਮ ਨਸ਼ਰਹ ਲਕਾ ਸਦਰਕਾ, ਫਿਰ ਅੱਖ ਖੁੱਲੀ ਇਨਾ ਅੰਜ਼ਲਨਾ ਫੀ ਲੈਲਤੁਲ ਕਦਰ, ਫਿਰ ਬੜਾ ਹਾਕ ਮੁਤਕਾ ਸੁਭਾਨ ਸਾਦਤੁਮ ਮੁਕਾਬਿਰ, ਫਿਰ ਅੱਖ ਖੁੱਲੀ ਅਲਮ, ਫਿਰ ਸ਼ੈਤਾਨ ਉਸ ਚਰਪਾਈ ਦੇ ਨੇੜੇ ਆਣਾ, ਫਿਰ ਆਖਰ ਤੇ ਪੜਦਿਆਂ ਪੜਦਿਆਂ ਗੁਲਾਮ ਤੁ ਬਿਰ ਰੱਬਿ ਨਾਸ ਮਲਿਕ ਨਾਸ, ਸਵੇਰੇ ਦੀ ਅਜ਼ਾਨ ਹੋ ਗਈ ਉੱਠ ਕੇ ਲਾ ਇਲਾਹਾ ਇਲਾ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ। ਦੂਸਰੇ ਦਿਨ ਕੰਮ ਇਕੱਠਾ ਨਹੀਂ ਹੋਣਾ, ਰਾਤੀ ਜੇ ਕੇਵਲਾ ਵੇਖ ਕੇ ਸਿੱਧਾ ਤੇ ਗਟਰ ਹੀ ਨਹੀਂ ਡਹਿਣਾ ਚੱਲੇ। ਰਾਤੀ ਰਸੂਲੁੱਲਾ ਦੀ ਸੁਨਨਤ ਦੇ ਮੁਤਾਬਿਕ ਸੌ, ਤੈਨੂੰ ਗਲਤ ਖਾਬ ਆਏ ਮੈਨੂੰ ਦੱਸੀ ਗਲਤ ਖਾਬ। ਮੈਂ ਰੋਜ਼ਾਨਾ ਕੋਸ਼ਿਸ਼ ਕਰਨਾ ਜੀ ਤਸਬੀਹ ਫਾਤਮਾ ਪੜ੍ਹਨ ਦੀ, ਮੇਰੇ ਕੋਲ ਅੱਧੀ ਪੜੀ ਜਾਂਦੀ ਨਹੀਂ ਰਾਤ, ਮੈਂ ਦਮ ਕਰਕੇ ਨਾ ਆਪ ਨੂੰ ਬਾਅਦ ਫਿਰ ਤਸਬੀਹ ਫਾਤਮਾ ਪੜ੍ਹਨਾ, 33 ਵਾਰੀ ਸੁਭਾਨ ਅੱਲਾਹ, 33 ਵਾਰੀ ਅਲਹਮਦੁਲਿਲਾਹ ਤੇ 34 ਵਾਰੀ ਅੱਲਾਹ। ਇਹ ਮੈਨੂੰ ਸ਼ੈਤਾਨ ਉਸ ਤੋਂ ਪਹਿਲੇ ਜਨਾਬ ਸਵਾ ਦਿੰਦਾ, ਕਹਿੰਦਾ ਪੂਰੀ ਨਹੀਂ, ਮੈਂ ਫਿਰ ਕੋਸ਼ਿਸ਼ ਕਰਨਾ, ਫਿਰ ਮੈਂ ਇੱਕ ਵਾਰ ਫਿਰ ਸੁਣ ਨਹੀਂ ਲਾ ਜਾਣਾ, ਫਿਰ ਮੈਨੂੰ ਪਤਾ ਤਾਂ ਜਗਲਾ ਜੇ ਸਵੇਰ ਹੋਊਗੀ। ਮੈਂ ਕਿਹਾ ਦੱਸੋ ਇੰਜ ਨੀਂਦ, ਲੋਕਾਂ ਨੂੰ ਗੋਲੀ ਨਾਲ ਨੀਂਦ ਨਹੀਂ ਆਉਂਦੀ, ਮੈਨੂੰ ਸ਼ੈਤਾਨ ਤਸਬੀਹ ਫਾਤਮਾ ਨਹੀਂ ਪੜ੍ਹਨ ਦਿੰਦਾ।
ਇਹਦੇ ਵਿੱਚ ਪਾਵਰ ਹੈ ਨਾ ਪਾਵਰ ਹਾਂ ਮੌਲਾ ਅਲੀ ਫਰਮਾਉਂਦੇ ਮੈਂ ਸਾਰੀ ਜ਼ਿੰਦਗੀ ਜਦੋਂ ਰਸੂਲੁੱਲਾ ਨੇ ਆਪਣੀ ਬੇਟੀ ਨੂੰ ਦੱਸਿਆ ਮੈਂ ਤਸਵੀਰ ਫਾਤਮਾ ਪੜ੍ਹਦਾ ਰਿਹਾ ਜੰਗੇ ਸਫੀਨ ਵਾਲੇ ਦਿਨ ਜੰਗ ਕਰਦਿਆਂ ਕਰਦਿਆਂ ਮੈਂ ਪਹਿਲੀ ਰਾਤ ਦੇ ਹਿੱਸੇ 'ਚ ਨਾ ਪੜ੍ਹ ਸਕਿਆ ਆਖਰੀ ਰਾਤ ਦੇ ਹਿੱਸੇ 'ਚ ਮੈਨੂੰ ਖਿਆਲ ਆਇਆ ਅਤੇ ਮੈਂ ਉਸ ਵੇਲੇ ਵੀ ਤਸਵੀਰ ਫਾਤਮਾ ਪੜ੍ਹੀ ਇਹ ਮੌਲਾ ਅਲੀ ਪੜ੍ਹੀ ਉਹ ਜਿਹੜਾ ਹੈ ਨਾ ਸ਼ੇਰ ਸ਼ਮਸ਼ੀਰ ਦਮ ਸ਼ਾਹੇ ਖੈਬਰ ਸ਼ਿਕਨ ਪਰਤਵੇ ਦਸਤੇ ਉਹ ਤਸਵੀਰ ਫਾਤਮਾ ਦੀ ਬਣ ਗਈ ਇਸ ਵਾਸਤੇ ਤੁਸੀਂ ਮੁਸਲਮਾਨ ਤਕੜੇ ਹੋਵੋ ਉੱਠੋ ਇਹ ਦੱਸੋ ਇਹ ਗਲਤ ਅਸੀਂ ਤੁਹਾਨੂੰ ਪੱਟੀਆਂ ਪੜ੍ਹਾ ਦਿੱਤੀਆਂ ਇਹ ਸਵੇਰੇ ਮਾਲਕ ਕਹਿਣਾ ਇਹਨਾਂ ਮੌਲੀਆਂ ਕੋਲ ਬੱਚੋ ਉਹਨਾਂ ਕਿਹਾ ਬੱਚੀਏ ਕਿਵੇਂ ਮੌਲੀ ਤਾਂ ਸਾਡੀ ਬੜੀਆਂ ਚੰਗੀਆਂ ਮੱਤਾਂ ਲਾ ਗਿਆ ਜ਼ਿਆਦਾ ਖਾਣਾ ਛੱਡ ਦਿਓ ਪੇਟ ਦੀਆਂ ਬਿਮਾਰੀਆਂ ਸਾਰੀਆਂ ਕੁਰਾਨ ਵੇਖ ਕੇ ਪੜ੍ਹੋ ਜਿਹਦੀ ਨਜ਼ਰ ਕਮਜ਼ੋਰ ਹੈ ਨਜ਼ਰ ਦੇ ਦਿਓ ਹੋਰ ਬੜੇ ਨੁਸਖੇ ਨੇ ਉਹ ਹੁਣ 80 ਸਾਲਾਂ ਤਜਰਬਾ ਸੁਣਿਆਸੀ ਬਾਬਾ ਨੁਸਖੇ ਇਹਦੇ ਕੋਲ ਬਹੁਤ ਸਾਰੇ ਉਮਰ ਭਾਵੇਂ ਥੋੜ੍ਹੀ ਲੇਕਿਨ 80 ਸਾਲਾਂ ਤਜਰਬਾ ਕਾਲ ਸੁਣਿਆਸੀ ਬਾਬਾ ਲਿਖਿਆ ਹੁੰਦਾ ਨਾ ਦਾਦਾ ਸਾਹਿਬ ਤਜਰਬਾ ਕਾਲ ਸੁਣਿਆਸੀ ਬਾਬਾ ਉਹ ਤੁਸੀਂ ਉਹ ਸੁਣਿਆਸੀ ਬਾਬਾ ਹੈ ਇਹ ਮੁਹੰਮਦ ਅਰਬੀ ਦੇ ਦੀਨ ਦਾ ਬਾਬਾ ਹੈ ਬੇਸ਼ੱਕ ਬੇਸ਼ੱਕ